ਵਿਰਿੰਦਰ ਸਿੰਘ ਸਿੱਧੂ ਐ ਮੈਂ ਕਿਸਾਨ ਹੈ ਮੇਰੇ ਕੋਲ ਗਜਾਰੇ ਜੋਗੀ ਹੈਗੀ ਆ ਮਾੜੀ ਚੰਗੀ ਪਰ ਯਾਰ ਇਹ ਸਾਡੇ ਨਾਲ ਖੜੇ ਸੀ ਇਹਨਾਂ ਨਾਲ ਖੜਨਾ ਜ਼ਰੂਰ ਚਾਹੀਦਾ ਹੈ ਮੈਨੂੰ ਮਨਪ੍ਰੀਤ ਵੀਰ ਫੋਨ ਕਰ ਰਿਹਾ ਸੀਗਾ ਚੈਨਲ ਤੋਂ ਆ ਵੀਰ ਤੇ ਉਹ ਕਹਿੰਦਾ ਯਾਰ ਤੁਸੀਂ ਬੋਲੋ ਤੁਸੀਂ ਗੱਲ ਕਰੋ ਸਾਨੂੰ ਇੱਥੋਂ ਤੱਕ ਨੌਬਤ 'ਤੇ ਨਾ ਆਵੇ ਬੋਲਣ ਦੀ ਜੇ ਅਸੀਂ ਬੋਲਦੇ ਹਾਂ ਤਾਂ ਫਿਰ ਜੱਟਾਂ ਨੂੰ ਸੁਸੇਕ ਲੱਗਦਾ ਹੈ ਅਤੇ ਪਰ ਉਹਦੀ ਗੱਲ ਜਾਇਜ਼ ਆ ਯਾਰ ਸਾਡੇ ਨਾਲ ਇਹ ਆਪਾਂ ਧੱਕਾ ਕਰ ਰਹੇ ਇਹਨਾਂ ਨਾਲ ਰੱਬ ਨੂੰ ਯਾਦ ਕਰਕੇ ਇਹਨਾਂ ਦਾ ਸਾਥ ਦਿਓ ਯਾਰ ਇਹਨਾਂ ਨੇ ਬਹੁਤ ਸਾਥ ਦਿੱਤਾ ਹੈ ਅਤੇ ਅਸੀਂ ਤੂੜੀ ਤੋਂ ਅਤੇ ਕਣਕ ਤੋਂ ਇਹਨਾਂ ਨੂੰ ਮਨਾ ਕਰਨ ਲੱਗਾ ਤਾਂ ਖਾਣਾ ਕਿੱਥੋਂ ਇਹਨਾਂ ਨੇ ਜਾਣਾ ਕਿੱਧਰ ਹੈ ਇਹ ਸੋਚਣ ਵਾਲੀ ਗੱਲ ਆ ਵੀਰ ਅਤੇ ਮੁੜ ਕੇ ਕੋਈ ਬੋਲਦਾ ਤਾਂ ਤੁਸੀਂ ਕਹਿੰਦੇ ਹੋ ਜੱਟਾਂ ਨੂੰ ਮਾੜਾ ਕਹਿੰਦਾ ਕੋਈ ਕਿਸਾਨਾਂ ਨੂੰ ਮਾੜਾ ਕਹਿੰਦਾ ਕੋਈ ਮਾੜਾ ਤਾਂ ਕਹੂਗਾ ਯਾਰ ਅਤੇ ਨਾ ਤਾਂ ਸਾਨੂੰ ਤੂੜੀ ਦੇ ਰਿਹਾ ਨਾ ਸਾਨੂੰ ਕਣਕ ਦੇ ਰਹੀ ਹੈ ਜਾਈਏ ਤਾਂ ਜਾਈਏ ਕਿੱਧਰ ਮਜ਼ਦੂਰ ਕਿਸਾਨ ਮਜ਼ਦੂਰ ਜਿੰਦਾਬਾਦ ਜਿਹੜਾ ਨਾਰਾ ਸੀਗਾ ਉਹ ਤੁਸੀਂ ਪਿੱਛੇ ਹਟਦੇ ਜਾਂਦੇ ਆ ਮੈਂ ਕਈ ਵੀਡੀਓ ਦੇਖ ਲਈਆਂ ਯਾਰ ਜੇ ਆਪਣੀਆਂ ਰਸੋਈਆਂ ਦਾ ਖਰਚਾ ਵਧਿਆ ਹੈ ਬੱਚਿਆਂ ਦੀਆਂ ਫੀਸਾਂ ਵਧੀਆਂ ਨੇ ਅਤੇ ਗਰੀਬ ਦਾ ਵੀ ਖਰਚਾ ਜ਼ਰੂਰ ਵਧਿਆ ਇਹ ਮਜ਼ਦੂਰਾਂ ਦਾ ਵੀ ਖਰਚਾ ਜ਼ਰੂਰ ਵਧਿਆ ਦਿੱਲੀ ਲਿਜਾ ਕੇ ਨਾਲ ਬੈਠੇ ਰਹੇ 750 ਸ਼ਹੀਦ ਕਰਾ ਕੇ ਪੰਜਾਬ ਨੂੰ ਮੋੜ ਆਏ ਹਰਿਆਣੇ ਵਾਲੇ ਵੀਰ ਉੱਧਰ ਚਲ ਗਏ ਯੂਪੀ ਵਾਲੇ ਉੱਧਰ ਚਲ ਗਏ ਹਿਮਾਚਲ ਵਾਲੇ ਘਰੋ ਘਰੀ ਚਲ ਗਏ ਅਤੇ ਇਹ ਸਾਡੇ ਨਾਲ ਉੱਥੇ ਖੜ੍ਹੇ ਸੀਗੇ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ ਮੈਂਬਰ ਗਏ ਨੇ ਉਹਨਾਂ ਵੀ ਸਮਾਜ ਵਾਸਤੇ ਜ਼ਿੰਦਗੀਆਂ ਆਪਦੀਆਂ ਜੋ ਦਾਤੇ ਲਾਈਆਂ ਨੇ ਅਤੇ ਅੱਜ ਉਹਨਾਂ ਨੂੰ ਕਣਕ ਨਹੀਂ ਦੇ ਰਹੇ ਅਸੀਂ ਉਹ ਵੀ ਮੁੱਲ ਆ ਕੋਈ ਫ੍ਰੀ ਨਹੀਂ ਹੈ ਦਿਹਾੜੀ ਵੀ ਵਧਾਉਣ ਨੂੰ ਫਿਰਦੇ ਸੀ ਅੱਜ ਤਾਂ ਕਣਕ ਦੇਣੋਂ ਵੀ ਇਹਨਾਂ ਨੂੰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਮੀਂਦਾਰ ਅਤੇ ਜੱਟਾਂ ਭਰਾ ਨੂੰ ਕਹਿਣਾ ਚਾਹੁੰਦਾ ਵਾਂ ਵੀ ਯਾਰ ਹਾਲੇ ਕੋਈ ਸਮਾਂ ਜ਼ਿਆਦਾ ਨਹੀਂ ਟੱਪਿਆ ਆਪਣਾ ਜਿਹੜਾ ਮਜ਼ਦੂਰ ਕਿਸਾਨ ਮਜ਼ਦੂਰ ਜਿੰਦਾਬਾਦ ਜਿਹੜਾ ਨਾਰਾ ਸੀਗਾ ਉਹ ਤੁਸੀਂ ਪਿੱਛੇ ਹਟਦੇ ਜਾਂਦੇ ਆ ਮੈਂ ਕਈ ਵੀਡੀਓ ਦੇਖ ਲਈਆਂ ਯਾਰ ਜੇ ਆਪਣੀਆਂ ਰਸੋਈਆਂ ਦਾ ਖਰਚਾ ਵਧਿਆ ਹੈ ਬੱਚਿਆਂ ਦੀਆਂ ਫੀਸਾਂ ਵਧੀਆਂ ਨੇ ਅਤੇ ਗਰੀਬ ਦਾ ਵੀ ਖਰਚਾ ਜ਼ਰੂਰ ਵਧਿਆ ਹੈ ਇਹ ਮਜ਼ਦੂਰਾਂ ਦਾ ਵੀ ਖਰਚਾ ਜ਼ਰੂਰ ਵਧਿਆ ਅਤੇ ਜਿਹੜੇ ਜੱਟ ਨੇ ਵੀ ਜਿਹੜੇ ਜੱਟ ਹੈ ਜੱਟਾਂ ਕੋਲ ਤਾਂ ਪੈਸਾ ਬਹੁਤ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਅਤੇ ਜਿਹੜੇ ਗਰੀਬ ਕਿਸਾਨ ਉਹ ਕਿੱਧਰ ਜਾਣਗੇ ਜੀ ਮਜ਼ਦੂਰ ਕਿੱਧਰ ਜਾਣਗੇ ਹੁਣ ਇੱਥੋਂ ਤੱਕ ਨੌਬਤ ਆ ਗਈ ਅਸੀਂ ਇਹਨਾਂ ਨੂੰ ਦਿੱਲੀ ਲਿਜਾ ਕੇ ਨਾਲ ਬੈਠੇ ਰਹੇ 750 ਸ਼ਹੀਦ ਕਰਾ ਕੇ ਪੰਜਾਬ ਨੂੰ ਮੋੜ ਆਏ ਹਰਿਆਣੇ ਵਾਲੇ ਵੀਰ ਉੱਧਰ ਚਲ ਗਏ ਯੂਪੀ ਵਾਲੇ ਉੱਧਰ ਚਲ ਗਏ ਹਿਮਾਚਲ ਵਾਲੇ ਘਰੋ ਘਰੀ ਚਲ ਗਏ ਅਤੇ ਇਹ ਸਾਡੇ ਨਾਲ ਉੱਥੇ ਖੜ੍ਹੇ ਸੀਗੇ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ ਮੈਂਬਰ ਗਏ ਨੇ ਉਹਨਾਂ ਵੀ ਸਮਾਜ ਵਾਸਤੇ ਜ਼ਿੰਦਗੀਆਂ ਆਪਦੀਆਂ ਜੋ ਦਾਤੇ ਲਾਈਆਂ ਨੇ ਅਤੇ ਅੱਜ ਉਹਨਾਂ ਨੂੰ ਕਣਕ ਨਹੀਂ ਦੇ ਰਹੇ ਅਸੀਂ ਉਹ ਵੀ ਮੁੱਲ ਆ ਕੋਈ ਫ੍ਰੀ ਨਹੀਂ ਹੈ ਨਾ ਤੂੜੀ ਦੇ ਰਹੇ ਅਸੀਂ ਉਹ ਵੀ ਕੋਈ ਫ੍ਰੀ ਨਹੀਂ ਮੁੱਲ ਆ ਅਗਲਾ ਕਹਿੰਦਾ ਯਾਰ ਜਿਹੜਾ ਮੰਡੀ ਦਾ ਰੇਟ ਆ ਤੁਸੀਂ ਉਸੇ 'ਤੇ ਦੇ ਦਿਓ ਮੰਡੀ ਦੇ ਰੇਟ 'ਤੇ ਅਸੀਂ ਕਿਸਾਨ ਆ ਜਿਹੜੇ ਜੱਟ ਹੈ ਇਹ ਜ਼ਿਮੀਂਦਾਰਾਂ ਨੂੰ ਕਿਉਂ ਨਹੀਂ ਦੇ ਰਹੇ ਮੈਂ ਬਲਵਿੰਦਰ ਸਿੰਘ ਸਿੱਧੂ ਹੈ ਮੈਂ ਕਿਸਾਨ ਹੈ ਮੇਰੇ ਕੋਲ ਗਜਾਰੇ ਜੋਗੀ ਹੈਗੀ ਆ ਮਾੜੀ ਚੰਗੀ ਪਰ ਯਾਰ ਇਹ ਸਾਡੇ ਨਾਲ ਖੜ੍ਹੇ ਸੀ ਇਹਨਾਂ ਨਾਲ ਖੜ੍ਹਨਾ ਜ਼ਰੂਰ ਚਾਹੀਦਾ ਹੈ ਮੈਨੂੰ ਮਨਪ੍ਰੀਤ ਵੀਰ ਫੋਨ ਕਰ ਰਿਹਾ ਸੀਗਾ ਚੈਨਲ ਤੋਂ ਆ ਵੀਰ ਅਤੇ ਉਹ ਕਹਿੰਦਾ ਯਾਰ ਤੁਸੀਂ ਬੋਲੋ ਤੁਸੀਂ ਗੱਲ ਕਰੋ ਸਾਨੂੰ ਇੱਥੋਂ ਤੱਕ ਨੌਬਤ 'ਤੇ ਨਾ ਆਵੇ ਬੋਲਣ ਦੀ ਜੇ ਅਸੀਂ ਬੋਲਦੇ ਹਾਂ ਤਾਂ ਫਿਰ ਜੱਟਾਂ ਨੂੰ ਸੁਸੇਕ ਲੱਗਦਾ ਹੈ ਅਤੇ ਪਰ ਉਹਦੀ ਗੱਲ ਜਾਇਜ਼ ਆ ਯਾਰ ਸਾਡੇ ਨਾਲ ਇਹ ਆਪਾਂ ਧੱਕਾ ਕਰ ਰਹੇ ਇਹਨਾਂ ਨਾਲ ਇਹਨਾਂ ਨਾਲ ਖੜ੍ਹਨਾ ਚਾਹੀਦਾ ਵਾ ਅਸੀਂ ਤਾਂ ਪ੍ਰਤੀ ਇਹਨਾਂ ਦੀ ਦਿਹਾੜੀ ਵਧਾਉਣ ਨੂੰ ਫਿਰਦੇ ਸੀ ਅੱਜ ਤਾਂ ਕਣਕ ਦੇਣੋਂ ਵੀ ਇਹਨਾਂ ਨੂੰ ਗਏ ਕਿੱਥੋਂ ਲਿਆਉਣਗੇ ਕਣਕ ਇਹ ਮੈਂ ਤਾਂ ਵੀਰ ਮੈਂ ਤਾਂ ਲੱਖੇ ਸਧਾਨੇ ਬਾਈ ਨੂੰ ਮੈਸੇਜ ਵੀ ਕੀਤੇ ਨੇ ਮੇਰੀ ਫੋਨ 'ਤੇ ਵੀ ਗੱਲ ਹੋਈ ਸੀ ਉਦੋਂ ਬਾਅਦ ਨਹੀਂ ਹੋਈ ਸੀ ਮੈਂ ਤਾਂ ਇਹ ਕਹਿ ਰਿਹਾ ਵੀ ਉਹਨਾਂ ਦਾ ਗਰੀਬਾਂ ਦਾ ਘਰਾਂ ਦਾ ਖਰਚਾ ਵਧਿਆ ਹੈ ਸਕੂਲ ਦਾ ਵੀ ਵਧਿਆ ਹੈ ਜੇ ਸਾਡਾ ਵਧਿਆ ਤਾਂ ਉਹਨਾਂ ਦਾ ਵੀ ਵਧਿਆ ਮੈਂ ਤਾਂ ਪ੍ਰਤੀ 50 ਰੁਪਈਏ ਦਿਹਾੜੀ ਵਧਾਉਣ ਦੀ ਗੱਲ ਕਰਦਾ ਸੀ ਮਜ਼ਦੂਰਾਂ ਦੀ ਇਕੱਲੇ ਮਜ਼ਦੂਰ ਨਹੀਂ ਉਹਦੇ ਵਿੱਚ ਜੱਟ ਵੀ ਜਿਹੜੇ ਕਿਸਾਨ ਆ ਜਿਹੜੇ ਵਿਚਾਰੇ ਮੇਰੇ ਵਰਗੇ ਆ ਘੱਟ ਜ਼ਮੀਨ ਵਾਲੇ ਆ ਉਹ ਵੀ ਦਿਹਾੜੀ ਜਾਂਦੇ ਨੇ ਦਿਹਾੜੀ ਜੇ ਸਾਨੂੰ 50 ਰੁਪਈਏ ਪ੍ਰਤੀ ਮਿਲੇ ਤਾਂ 1500 ਰੁਪਈਆ ਸਾਡਾ ਬਣ ਗਿਆ ਉਤਲਾ ਜਿਹੜਾ ਫਾਲਤੂ ਖਰਚਾ ਉਹ ਤਾਂ ਨਿਕਲ ਸਕਦਾ ਨਾ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਦਿਹਾੜੀ ਜਾਂਦੀਆਂ ਨੇ ਪ੍ਰਤੀ 30 ਰੁਪਈਏ ਦਿਹਾੜੀ ਉਹਨਾਂ ਦੀ 900 ਰੁਪਈਆ ਉਹਨਾਂ ਦਾ ਬਣੂਗਾ ਮਹੀਨੇ ਦਾ ਜਾਇਜ਼ ਹੈ ਕੋਈ ਫਾਲਤੂ ਨਹੀਂ ਹੈ ਸਬਜ਼ੀ ਨੂੰ ਨਹੀਂ ਹੱਥ ਲਾਉਣ ਕੋਈ ਦੇ ਰਿਹਾ ਜੀ ਨਾ ਕੋਈ ਕੋਈ ਮਹਿੰਗਾਈ ਇੰਨੀ ਹੋ ਗਈ ਆ ਵੀ ਗੱਲਾਂ ਹੀ ਛੱਡ ਦਿਓ ਨਾ ਕੋਈ ਦੁਕਾਨਦਾਰ ਪਰਚੂਨ ਵਾਲਾ ਦੁਕਾਨ 'ਤੇ ਚੜ੍ਹਨ ਦੇਣ ਡਿਆ ਜੀ ਜੇਬ ਸਾਥ ਨਹੀਂ ਦਿੰਦੀ ਚੜ੍ਹੀਏ ਕਿਵੇਂ ਅਤੇ ਜੇ ਸਾਡੇ ਖੇਤਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਤਾਂ ਇਹਨਾਂ ਲੋਕਾਂ ਨੇ ਕਿੱਥੋਂ ਖਾਣਾ ਯਾਰ ਰੱਬ ਦੀ ਜ਼ਮੀਨ ਹੈ
ਜੇ ਸਾਨੂੰ ਦਿੱਤੀ ਹੋਈ ਹੈ ਨਾ ਤੇ ਨਾ ਕਿ ਸਾਡੀ ਨਹੀਂ ਹੈ ਇਹ ਪਰਮੇਸ਼ਰ ਦੀ ਹੈ ਰੱਬ ਨੂੰ ਯਾਦ ਕਰਕੇ ਇਹਨਾਂ ਦਾ ਸਾਥ ਦਿਓ ਯਾਰ ਇਹਨਾਂ ਨੇ ਬਹੁਤ ਸਾਥ ਦਿੱਤਾ ਹੈ ਤੇ ਅਸੀਂ ਤੂੜੀ ਤੋਂ ਤੇ ਕਣਕ ਤੋਂ ਇਹਨਾਂ ਨੂੰ ਮਨਾ ਕਰਨ ਲੱਗਾ ਤੇ ਖਾਣਾ ਕਿੱਥੋਂ ਇਹਨਾਂ ਨੇ ਜਾਣਾ ਕਿੱਧਰ ਹੈ ਇਹ ਸੋਚਣ ਵਾਲੀ ਗੱਲ ਹੈ ਵੀਰ ਜ਼ਿਮੀਂਦਾਰ ਭਰਾਓ ਤੁਹਾਡੇ ਗੜੀ ਹੱਥ ਬੰਨ ਕੇ ਬੇਨਤੀ ਹੈ ਤੇ ਮੁੜ ਕੇ ਕੋਈ ਬੋਲਦਾ ਤੇ ਤੁਸੀਂ ਕਹਿੰਦੇ ਹੋ ਜੱਟਾਂ ਨੂੰ ਮਾੜਾ ਕਹਿੰਦਾ ਕੋਈ ਕਿਸਾਨਾਂ ਨੂੰ ਮਾੜਾ ਕਹਿੰਦਾ ਕੋਈ ਮਾੜਾ ਤਾਂ ਕਹੂਗਾ ਯਾਰ ਜੇ ਅਸੀਂ ਕਿਸੇ ਦੇ ਮੋਢੇ 'ਤੇ ਰੱਖ ਕੇ ਚਲਾਉਂਦੇ ਹਾਂ ਤਾਂ ਗਲਤ ਗੱਲ ਆ ਜੇ ਸਾਡਾ ਮਜ਼ਦੂਰ ਏਕਤਾ ਜੋ ਨਾਰਾ ਸੀ ਸਾਡਾ ਉੱਤੇ ਸਾਨੂੰ ਸਾਥ ਦੇਣ ਦੀ ਲੋੜ ਹੈ ਨਾ ਕਿ ਇਹ ਇਹਨਾਂ ਗਰੀਬ ਲੋਕਾਂ ਨੂੰ ਧਰਨੇ ਲਾਉਣੇ ਪੈਣ ਹੁਣ ਮੈਂ ਆ ਮਾਨ ਬਠਿੰਡੇ ਵਾਲਾ ਕੋਈ ਕਿੱਥੇ ਧਰਨਾ ਲਾਇਆ ਹੋਇਆ ਗਰੀਬਾਂ ਨੇ ਉੱਥੇ ਪਹੁੰਚਿਆ ਸੀਗਾ ਵਿਚਾਰਾ ਉਹ ਗਰੀਬਾਂ ਨੇ ਧਰਨਾ ਇਸ ਕਰਕੇ ਲਾਇਆ ਵੀ ਪਿੰਡ ਦੇ ਨਾ ਤਾਂ ਸਾਨੂੰ ਤੂੜੀ ਦੇ ਰਹੇ ਨਾ ਸਾਨੂੰ ਕਣਕ ਦੇ ਰਹੀ ਹੈ ਜਾਈਏ ਤਾਂ ਜਾਈਏ ਕਿੱਧਰ ਗੌਰ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।